ਉਹ ਸਟੂਡੈਂਟ ਇਹਦੇ ਵਿੱਚ ਅਸੀਂ ਥੀਮ ਦੇ ਬਾਰੇ ਪੜ੍ਹਦੇ ਪਏ ਹਾਂ ਔਰ ਇਹਦੇ ਵਿੱਚ ਵੇਖੋ ਜੀ ਸਾਡੀ ਹਾਈਬ੍ਰਿਡਾਈਜੇਸ਼ਨ ਕਿੰਨੀ ਆ ਗਈ ਸੀ ਐਸ ਪੀ ਟੂ ਹਾਈਬ੍ਰਿਡਾਈਜੇਸ਼ਨ ਮੀਨਸ ਇੱਧਰ ਵੀ ਥ੍ਰੀ ਸਿਗਮਾ ਬੌਂਡ ਹੋ ਗਏ ਆ ਇਹ ਵਾਲਾ ਵਨ ਟੂ ਔਰ ਇੱਕ ਜਿਹੜਾ ਇਹਨਾਂ ਦਾ ਦੋਨਾਂ ਦਾ ਮਿਲ ਕੇ ਬਣਦਾ ਪਿਆ ਕਾਰਬਨ ਦਾ ਔਰ ਇੱਧਰ ਵੀ ਏਦਾਂ ਹੀ ਕਾਰਬਨ ਦਾ ਮਿਲ ਕੇ ਬਣਦਾ ਪਿਆ ਵਾ ਔਰ ਦੋ ਇਹ ਵਾਲੇ ਹਾਈਡਰੋਜਨ ਨਾਲ ਬਣਦੇ ਪਏ ਦੋਨੋਂ ਸਾਈਡ ਦੀ ਗੱਲ ਕਰੀਏ ਦੋਨੋਂ ਸਾਈਡ ਥ੍ਰੀ ਥ੍ਰੀ ਸਿਗਮਾ ਬੌਂਡ ਬਣਦੇ ਪਏ ਉਸ ਤੋਂ ਬਾਅਦ ਵੇਖੋ ਜਿਹੜਾ ਇਹ ਵਾਲਾ ਅਨਹਾਈਬ੍ਰਿਡਾਈਜ਼ਡ ਆਰਬਿਟਲ ਹੈ ਜਿਹਨੂੰ ਅਸੀਂ ਟੂ ਪੀ ਵਾਈਜ਼ ਮੰਨਿਆ ਵਾ ਚਲੋ ਤੁਸੀਂ ਜਿਹੜਾ ਮਰਜ਼ੀ ਮੰਨ ਸਕਦੇ ਜੇ ਇਹ ਜਿਹੜਾ ਇਹ ਅਨਹਾਈਬ੍ਰਿਡਾਈਜ਼ਡ ਆਰਬਿਟਲ ਆ ਇੱਧਰ ਦੀ ਸਾਈਡ ਵੀ ਔਰ ਇੱਧਰ ਦੀ ਸਾਈਡ ਦੋਨੋਂ ਕਾਰਬਨ ਦਾ ਜਿਹੜੇ ਦੋਨੋਂ ਕਾਰਬਨ ਦੀ ਜਿਹੜੀ ਅਨਹਾਈਬ੍ਰਿਡਾਈਜ਼ਡ ਆਰਬਿਟਲ ਆ ਉਹ ਵੇਖੋ ਉਹਨਾਂ ਦੀ ਸਾਈਡ ਸਾਈਡ ਆਪਸ ਦੇ ਵਿੱਚ ਕੀ ਕਰਦੀ ਪਈ ਬੌਂਡਿੰਗ ਕਰਦੀ ਪਈ ਇੱਧਰ ਵੀ ਸਾਈਡ ਸਾਈਡ ਜਿਹੜੀ ਆਪਸ ਦੇ ਵਿੱਚ ਓਵਰਲੈਪ ਕਰਦੀ ਪਈ ਇੱਧਰ ਵੀ ਸਾਈਡ ਸਾਈਡ ਓਵਰਲੈਪ ਕਰਦੀ ਪਈ ਆ ਔਰ ਜਿੱਥੇ ਸਾਈਡ ਸਾਈਡ ਓਵਰਲੈਪ ਹੁੰਦੀ ਹੋਵੇ ਉੱਥੇ ਸਾਡਾ ਪਾਈ ਬੌਂਡ ਹੁੰਦਾ ਮੀਨਸ ਇਹ ਵਾਲਾ ਜਿਹੜਾ ਅਨਹਾਈਬ੍ਰਿਡਾਈਜ਼ਡ ਆਰਬਿਟਲ ਹੈ ਜਿਹਨਾਂ ਦੇ ਵਿੱਚ ਸਾਈਡ ਸਾਈਡ ਓਵਰਲੈਪ ਕਰਦੀ ਪਈ ਆ ਉਹ ਦੋਨੋਂ ਮਿਲ ਕੇ ਕੀ ਬਣਾਉਂਦੇ ਨੇ ਪਾਈ ਬੌਂਡ ਬਣਾਉਂਦੇ ਪਏ ਆ ਔਰ ਵੇਖੋ ਜੀ ਇਹਨੂੰ ਆਪਾਂ ਅੱਗੇ ਆਰਗੈਨਿਕ ਕੈਮਿਸਟਰੀ ਪੜ੍ਹਨੀ ਹੁੰਦੀ ਤੇ ਉਹਨੂੰ ਇਦਾਂ ਵੀ ਸ਼ੋਅ ਕਰ ਦਿੰਦੇ ਆ ਜਿਵੇਂ ਕਾਰਬਨ ਦੇ ਨਾਲ ਇਦਾਂ ਸਿੰਗਲ ਬੌਂਡ ਹਾਈਡਰੋਜਨ ਸਿੰਗਲ ਬੌਂਡ ਹਾਈਡਰੋਜਨ ਔਰ ਜਿਹੜਾ ਇੱਥੇ ਡਬਲ ਬੌਂਡ ਹੀ ਇੱਥੇ ਕੀਤਾ ਜੀ ਮੈਂ ਇੱਕ ਸਿੰਗਲ ਬੌਂਡ ਲਾਤਾ ਔਰ ਜਿਹੜੀ ਇਲੈਕਟ੍ਰੋਨ ਡੈਂਸਿਟੀ ਆ ਇਦਾਂ ਡਾਇਗਰਾਮ ਜੀ ਬਣਾ ਕੇ ਸ਼ੋਅ ਕਰਕੇ ਇਦਾਂ ਇੱਕ ਰਾਉਂਡ ਜਿਹਾ ਸਰਕਲ ਬਣਾ ਕੇ ਇਦਾਂ ਨੂੰ ਸ਼ੋਅ ਕਰ ਦੇਣਾ ਵਾ ਔਰ ਇਹ ਕੀ ਕਰਦੀ ਪਈ ਆ ਦੋਨੋਂ ਸਾਈਡ ਕੀ ਸ਼ੋਅ ਕਰਦੀ ਪਈ ਆ ਇਲੈਕਟ੍ਰੋਨ ਡੈਂਸਿਟੀ ਸ਼ੋਅ ਕਰਦੀ ਪਈ ਇਹਦੀ ਇਲੈਕਟ੍ਰੋਨ ਡੈਂਸਿਟੀ ਆ ਜੀ ਇਹ ਵਾਲੇ ਜਿਹੜੇ ਅਨਹਾਈਬ੍ਰਿਡਾਈਜ਼ਡ ਆਰਬਿਟਲ ਹੈ ਜਿਹੜੇ ਪਾਈ ਬੌਂਡ ਬਣਾਉਂਦੇ ਪਏ ਆਪਸ ਦੇ ਵਿੱਚ ਓਵਰਲੈਪਿੰਗ ਕਰਕੇ ਇਹਨਾਂ ਦੀ ਇਲੈਕਟ੍ਰੋਨ ਡੈਂਸਿਟੀ ਜਿਹੜੀ ਆ ਇੱਥੇ ਸ਼ੋਅ ਹੁੰਦੀ ਪਈ ਆ ਮੀਨਸ ਇਹ ਵਾਲੇ ਜਿਹੜੇ ਦੋਨੋਂ ਕਾਰਬਨ ਦੇ ਅਨਹਾਈਬ੍ਰਿਡਾਈਜ਼ਡ ਆਰਬਿਟਲ ਹੈ ਜਿਹੜੇ ਦੋਨੋਂ ਮਿਲ ਕੇ ਜਾਂ ਓਵਰਲੈਪਿੰਗ ਕਰਕੇ ਪਾਈ ਬੌਂਡ ਬਣਾਉਂਦੇ ਪਏ ਆ ਇਹਨਾਂ ਅਨਹਾਈਬ੍ਰਿਡਾਈਜ਼ਡ ਆਰਬਿਟਲ ਦੀ ਇਲੈਕਟ੍ਰੋਨ ਡੈਂਸਿਟੀ ਇਦਾਂ ਨਹੀਂ ਸ਼ੋਅ ਕਰ ਸਕਦੇ ਇਹ ਵਾਲੀ ਇਦਾਂ ਕਰਕੇ ਆਪਣਾ ਡਾਇਗਰਾਮ ਬਣਾ ਕੇ ਸ਼ੋਅ ਕਰ ਸਕਦੇ ਜਾਂ ਇਦਾਂ ਦਾ ਇੱਕ ਮਤਲਬ ਕਹਿ ਸਕਦੇ ਆ ਸਰਕਲ ਜਿਹਾ ਬਣਾ ਕੇ ਉਹਦੇ ਵਿੱਚ ਸ਼ੋਅ ਕਰ ਸਕਦੇ ਆ ਔਰ ਇਹ ਵਾਲੀ ਤੁਸੀਂ ਆਰਗੈਨਿਕ ਕੈਮਿਸਟਰੀ ਦੇ ਵਿੱਚ ਜਾ ਕੇ ਇਸ ਬੁੱਕ ਦੇ ਵਿੱਚ ਵੇਖ ਵੀ ਸਕਦੇ ਜੀ ਉਸ ਤੋਂ ਬਾਅਦ ਆਪਾਂ ਨੈਕਸਟ ਜਾਂਦੇ ਹਾਂ ਨੈਕਸਟ ਐਗਜ਼ਾਮਪਲ ਤੇ ਹੋਣੇ ਜੀ ਆਪਣੇ ਔਰ ਬਸ ਇਹਦੇ ਵਿੱਚ ਸਿਰਫ ਦੋ ਐਗਜ਼ਾਮਪਲ ਦੇ ਰਹਿ ਗਏ ਫਿਰ ਤੁਹਾਡਾ ਇਹ ਵਾਲਾ ਟੌਪਿਕ ਖਤਮ ਹੋ ਜੂਗਾ ਸੋ ਆਪਾਂ ਇਹਨੂੰ ਬਿਠਾ ਲਈਏ ਔਰ ਉਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਹਾਂ ਸੋ ਉਸ ਤੋਂ ਬਾਅਦ ਸਟੂਡੈਂਟ ਸਾਡੀ ਨੈਕਸਟ ਐਗਜ਼ਾਮਪਲ ਆ ਜੂਗੀ ਇਹਦੇ ਵਿੱਚ ਜਿਵੇਂ ਅਸੀਂ ਹੁਣੇ ਹੀ ਗੱਲ ਕੀਤੀ ਕਿ ਵੇਖੋ ਜੀ ਇਹ ਸਾਡੀ ਐਨਰਜੀ ਲੈਵਲ ਆ ਐਨਰਜੀ ਲੈਵਲ ਦੇ ਵਿੱਚ ਵੇਖੋ ਜੀ ਅਗਰ ਅਸੀਂ 1s ਦੀ ਗੱਲ ਕਰੀਏ 1s ਦਾ ਐਨਰਜੀ ਲੈਵਲ ਕੁਝ ਹੋਰ ਆ ਅਗਰ 2s2p ਦੀ ਗੱਲ ਕਰੀਏ ਆਲਮੋਸਟ ਜਿਹੜੇ ਇਕੁਅਲ ਹੁੰਦੇ ਆ ਮੀਨਸ ਇਹਨਾਂ ਦਾ ਐਨਰਜੀ ਲੈਵਲ ਜਿਹੜਾ 2s2 ਔਰ 2p ਦਾ ਐਨਰਜੀ ਲੈਵਲ ਥੋੜਾ ਸੇਮ ਹੁੰਦਾ ਵਾ ਬਿਲਕੁਲ ਇਕੁਅਲ ਨਹੀਂ ਹੁੰਦਾ ਥੋੜਾ ਬਹੁਤ ਮਿਲਦਾ ਜੁਲਦਾ ਹੁੰਦਾ ਜਿੱਦਾਂ 3s3p 3d ਜਿਹੜੇ ਇਹਨਾਂ ਦੀ ਵੀ ਐਨਰਜੀ ਲੈਵਲ ਜਿਹੜੇ ਆਲਮੋਸਟ ਇਕੁਅਲ ਹੁੰਦੇ ਆ ਪੂਰੇ ਇਕੁਅਲ ਨਹੀਂ ਹੁੰਦੇ ਥੋੜਾ ਬਹੁਤ ਮਿਲਦੇ ਜੁਲਦੇ ਹੁੰਦੇ ਆ ਇੱਦਾਂ ਹੀ 4s4p 4d 4f ਵੀ ਆਲਮੋਸਟ ਸੇਮ ਹੁੰਦੇ ਆ ਇੱਦਾਂ 5s5p 5d 5f ਵੀ ਆਲਮੋਸਟ ਇਹਨਾਂ ਦਾ ਐਨਰਜੀ ਲੈਵਲ ਜਿਹੜਾ ਸੇਮ ਹੁੰਦਾ ਵਾ ਇੱਦਾਂ ਹੀ 100 ਅੱਗੇ ਚੱਲਦਾ ਜਾਂਦਾ ਵਾ ਉਸ ਤੋਂ ਬਾਅਦ ਡਾਇਗਨਲੀ ਗੱਲ ਕਰੀਏ ਜਿਵੇਂ 3d ਤੋਂ 4s ਦੀ ਗੱਲ ਕਰੀਏ ਇਹ 3d ਔਰ ਜਿਹੜਾ 4s ਆ ਇਹਨਾਂ ਦਾ ਵੀ ਐਨਰਜੀ ਲੈਵਲ ਥੋੜਾ ਬਹੁਤ ਸੇਮ ਹੁੰਦਾ ਵਾ ਇੱਦਾਂ 2p ਔਰ 3s ਦੀ ਗੱਲ ਕਰੀਏ ਇਹਨਾਂ ਦਾ ਐਨਰਜੀ ਲੈਵਲ ਵੀ ਥੋੜਾ ਬਹੁਤ ਸੇਮ ਹੀ ਹੁੰਦਾ ਵਾ ਉਸ ਤੋਂ ਬਾਅਦ ਡਾਇਗਨਲੀ ਆਪਾਂ ਕਦੋਂ ਵੀ ਮੈਜਰ ਕਰ ਸਕਦੇ ਹਾਂ ਜਿਵੇਂ ਇਹ ਹੁਣ ਆਪਾਂ ਇਹਦੀ ਗੱਲ ਕਰ ਲਈਏ 5s ਔਰ 4f ਇਹਨਾਂ ਦਾ ਥੋੜਾ ਬਹੁਤ ਐਨਰਜੀ ਲੈਵਲ ਜਿਹੜਾ ਸੇਮ ਹੋਊਗਾ ਜਿਹੜੀ ਡਾਇਗਨਲੀ ਵੀ ਥੋੜਾ ਬਹੁਤ ਜਿਹੜਾ ਐਨਰਜੀ ਲੈਵਲ ਆ ਉਹ ਥੋੜਾ ਬਹੁਤ ਸੇਮ ਹੁੰਦਾ ਵਾ ਆਲਮੋਸਟ ਸੇਮ ਹੁੰਦਾ ਵਾ ਪੂਰਾ ਸੇਮ ਨਹੀਂ ਹੁੰਦਾ ਪੂਰਾ ਇਕੁਅਲ ਨਹੀਂ ਹੁੰਦਾ ਆਲਮੋਸਟ ਇਕੁਅਲ ਹੁੰਦਾ ਕਹਿ ਸਕਦੇ ਨੀਅਰ ਅਬਾਊਟ ਹੁੰਦਾ ਵਾ ਹੁਣ ਵੇਖੋ ਜੀ ਇਹ ਵਾਲੀ ਚੀਜ਼ ਨੂੰ ਵੇਖ ਕੇ ਅਸੀਂ ਇੱਕ ਹਾਈਬ੍ਰਿਡਾਈਜੇਸ਼ਨ ਕਰਨੀ ਹੈ ਤੁਸੀਂ ਅੱਗੇ ਜਾ ਕੇ ਪੀ ਬਲੌਕ ਚੈਪਟਰ ਪੜ੍ਹਨਾ ਵਾ ਔਰ ਉਹਦੇ ਵਿੱਚ ਇਹ ਤੁਹਾਨੂੰ ਫਿਰ ਚੀਜ਼ ਪੜ੍ਹਨ ਵਾਸਤੇ ਆ ਜਾਣੀ ਹੈ ਵੈਰੀ ਵੈਰੀ ਇੰਪੋਰਟੈਂਟ ਹੁੰਦੀ ਹੈ ਇਹ ਵਾਲੀ ਚੀਜ਼ ਔਰ ਇਹਨੂੰ ਆਪਾਂ ਲਿਖ ਲੈਂਦੇ ਇੱਥੇ ਆਪਾਂ ਗੱਲ ਕਰਾਂਗੇ ਇਹਦੇ ਵਿੱਚ PCl5 ਦੀ ਐਗਜ਼ਾਮਪਲ ਦੇ ਤੌਰ ਤੇ ਮੈਂ ਲੈ ਲਿਆ ਜੀ PCl5 ਇਹਨੂੰ ਬੋਲਦੇ ਜੀ ਫਾਸਫੋਰਸ ਪੈਂਟਾਕਲੋਰਾਈਡ ਐਗਜ਼ਾਮਪਲ ਲਈ ਆ PCl5 ਫਾਸਫੋਰਸ ਪੈਂਟਾਕਲੋਰਾਈਡ ਮੈਂ ਲਿਖ ਦਿੰਦਾ ਇੱਥੇ ਇਹਨੂੰ ਬੋਲਦੇ ਆ ਫਾਸਫੋਰਸ ਪੈਂਟਾਕਲੋਰਾਈਡ ਠੀਕ ਹੈ ਜੀ ਤੇ ਤੁਸੀਂ ਪਲੱਸ 2 ਦੇ ਵਿੱਚ ਪੀ ਬਲੌਕ ਵਾਲੇ ਚੈਪਟਰ ਫੇਰ ਪੜੋਗੇ ਜਾ ਕੇ ਇਹਨੂੰ ਔਰ ਇਹਦੇ ਵਿੱਚ ਸਿੰਪਲ ਜੀ ਗੱਲ ਹੈ ਜੀ ਅਸੀਂ ਇਹਦੇ ਵਿੱਚ ਪਹਿਲਾਂ ਗੱਲ ਕਰਾਂਗੇ ਇਹਨੂੰ ਆਪਾਂ ਬਣਾ ਹੀ ਲੈਂਦੇ ਹਾਂ ਬਣਾ ਜਾ ਔਰ ਉਸ ਤੋਂ ਬਾਅਦ ਇਹਨੂੰ ਦੁਬਾਰਾ ਆਰਾਮ ਕਰ ਲੈਂਦੇ ਹਾਂ ਉਸ ਤੋਂ ਬਾਅਦ ਨੈਕਸਟ ਆਪਾਂ ਇਹਦੀ ਵੀ ਜ਼ਰੂਰਤ ਪੈਣੀ ਹੈ ਸੋ ਇਹਨੂੰ ਆਪਾਂ ਬਣਾ ਹੀ ਲੈਂਦੇ ਹਾਂ ਆਪਾਂ ਦੁਬਾਰਾ ਬਣਾ ਲੈਂਦੇ ਹਾਂ ਔਰ ਉਸ ਤੋਂ ਬਾਅਦ ਅੱਗੇ ਸ਼ੁਰੂ ਕਰਦੇ ਹਾਂ ਦੇਖੋ ਜੀ ਐਕਸਾਈਟਰਸਟੇਟ ਵਾਲੇ ਆਪਾਂ ਦੁਬਾਰਾ ਬਣਾ ਲੈਂਦੇ ਹਾਂ ਔਰ ਉਸ ਤੋਂ ਬਾਅਦ ਅੱਗੇ ਸ਼ੁਰੂ ਕਰਦੇ ਹਾਂ ਜੀ ਇਹਨਾਂ ਨੂੰ ਆਪਾਂ
और पाई वाले ऑर्बिटल दोबारा ड्रा कर रहे हैं, ये थे अलुआ 2s और इधर करके ही ये आ गया अपना 2p आ गया, और इधर अपना 2px 2pz की गलत करना है, 2px की गलत करना है, 2py की गलत करना है। और उसके बाद ये देखो आप देखो ये ना फास्फोरस है, ये जो फास्फोरस सारा सेंट्रल एटम है, क्लोरीन सारा अनदर एटम है, और जो क्लोरीन है वो सारा ग्रुप 17 के पाया जाता है, मीन कह सकते हैं हैलोजन हैलोजन ग्रुप का ये वाला एलीमेंट है, ये वाला हैलोजन का एलीमेंट है। और देखो जी ये जो सेंट्रल एटम है जिन्होंने फॉस्फोरस बोलिया, फॉस्फोरस का एटॉमिक नंबर होता जी 15, और उसके बाद इलेक्ट्रॉनिक कन्फिगरेशन की होती है, एटॉमिक नंबर 15 है, इलेक्ट्रॉनिक कन्फिगरेशन आ जाएगी 1s2, उस तो बाद 2s2, फिर आ गया 2p6, फिर आ गया 3s2 और 3p3। देखो जी गेम लोग 15 बनते हैं, 2 2 4 4 6 4 10, 10 2 12, 12 12 3 15, तो इसका एटॉमिक नंबर 15 है, इसका इलेक्ट्रॉन भी कितने होंगे 15 होंगे। उस तो बाद आज ग्राउंड स्टेट के उत्ते हम देखो जी जो फॉस्फोरस है वह आउटर मोस्ट शेल कितना बनेगा, एनर्जी लेवल 3 3 इंट्रोड्यूस हो गया, मीन ए वाला आउटर मोस्ट शेल है। हम देखो ये आउटर मोस्ट शेल के कितने इलेक्ट्रॉन है, 3 to 5 है, सो आप इतने 5 इलेक्ट्रॉन जो इंट्रोड्यूस कराने हैं। आप पहले सिर्फ वैलेंसी की गल कर लीए कि आउटर कंप्लीट करने के इलेक्ट्रॉन चाहिए, देखो 3 to 5 है, और 8 पूरे करने वास्ते ऑक्टेट कंप्लीट करने वास्ते 3 इलेक्ट्रॉन की जरूरत है, मीन ये वैलेंस इलेक्ट्रॉन कितने हैं 3 है, तो वैलेंस इलेक्ट्रॉन जो है 3 ले लिया है। उस तो बाद ग्राउंड स्टेट के देखो जी कितने इलेक्ट्रॉन होंगे, देखो 2 3 5 है, 5 पूरे कर दो, 2s जो फुली फिल्ड हो जाएगा, और जो 2p और कह सकते 2pz 2px 2py ऑर्बिटल है साढ़े हाफ फिल्ड हो जाएंगे, ये भी हाफ फिल्ड हो जाएगा। उस तो बाद देखो जी हूँ एक नई चीज आनी है तुहाडे वास्ते, आपां हुण 2s ना लिखिए, हुण आपां इत्थे 3s और 3p की गल करते पए, सो इत्थे 3s आ जाऊगा और इत्थे 3p आ जाऊगा, इत्थे भी सारे 3 कर लो, इत्थे भी 3 आऊंगा, आपां कर ही देंगे 3pz 3px और इतने है 3py, ठीक है जी, प्लीज ये चीज नोट कर लो बड़ी जी, ये तो मैं दसन का चेता भूल गया पहला, ये भी आ गया 2pz 2px 2py सॉरी 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 सॉरी, यह आ गया 3pz 3px 3py और ये आ गया 3s। और उस तो बाद देखो जी हम आप जो फिल कर रहे जी, देखो 3s है, 3s के आप जो 3s पूरा फुली फिल्ड कर रहे, जो अपना पी ऑर्बिटल है ये आप हाफ फिल्ड कर रहे। उस तो बाद देखो जी तुम पता ग्राउंड स्टेट के उत्ते जो सा फुली फिल्ड होंगे वो जो इलेक्ट्रॉन का थोड़ी एनर्जी देने पर एनर्जाइज हो जाता वा, कह सकते जी कोई ना कोई एनर्जी आ जाती है, और यह जो इलेक्ट्रॉन इतों टुट के ब्रेक हो गए खाली जगह से चल जाता, हम देखो ये खाली जगह है ही नहीं, पर अगे जा सकता वा कि नहीं जा सकता, देखो ये वास्ते ये चीज समझो, ये वास्ते देखो जी ये अगे जा सकता कि नहीं जा सकता, ये क्वेश्चन तुहाडा इत्थों सॉल्व होगा, एनर्जी लेवल चैक करो जी, देखो 3s 3p साडे कोल हैगे आ, लेकिन 3s 3p तों बाद 3d भी होंदा, और 3s 3p और 3d दी एनर्जी आलमोस्ट की होंदी है जी, आलमोस्ट इक्वल होंदी है, इस करके देखो जी जदों एनर्जाइज होगा इहदे नाल जिहड़ा अगे 3d भी इंट्रोड्यूस हो जाऊगा, मीन इहदे जिहदे अगे d जिहड़ा d वाला रूम है वह भी और वह भी इत्थे इंट्रोड्यूस होगा। सो आपां इत्थे बनाउणगे 1 2 3 4 1 2 3 4 5, ये तो आ गया जी 3d सबशन, और ये अगे बन जाएंगे तेरे जे जिन्हें भी आप बनावे 5 जो बनावे ऑर्बिटल बनावे, देखो जी जो इतना इलेक्ट्रॉन नर्साइड होया वो जंप करके इतने जाऊगा और डी में चल जाऊगा, सो ता ये भी हाफ फिल्ड हो गया, ये ऑलरेडी हाफ फिल्ड ही, और ए वाला फिर जो इतों ब्रेक हो गया वो डी के चल गया, मीन तो डी सबशन लिया उन्होंने इंट्रोड्यूस करा लिया क्योंकि उन्होंने आलमोस्ट एनर्जी लैवल सेम है। उस तो बाद देखो जी आलमोस्ट एनर्जी लैवल सेम है, इदा की कंडीशन बन गई, हूँ देखो जी ये कि जगह तो साड़ी बॉन्डिंग होगी, कितनी जगह तो हाइब्रिडाइजेशन होगी, 1 2 3 4 5 कह सकते हैं, मीनस 5 टाइम या 5 साइड तो साड़ी हाइब्रिडाइजेशन होगी, 5 जगह तो साड़ी बॉन्डिंग होगी। तो आप करके वे लीए पी साडा की है जी सेंट्रल एटम है, तो आप पी सेंट्रल के लिख लिया,
उस तो बाद देखो फाइव फाइव जगह तो हाइब्रिडाइजेशन होनी है। एक आप इतने बना लेने, सैकेंड आप इतने बना लेने और उस तो बाद थर्ड आप इतने बना लेने, उस तो बाद फोर्थ आप इतने बना लेने और फिफ्थ आप इतने बना लेने, ठीक है जी। और उस तो बाद देखो जी जो सा क्लोरीन है, क्लोरीन साढ़ा ग्रुप 17 का और क्लोरीन का जरा कह सकते हैं जो लास्ट वाला शैल होगा वह पी होगा। पी की वजह जो पी सा सब शैल है या सा पी ऑर्बिटल है, जोड़ा सा पी ऑर्बिटल है वो शेप कि होंगी है जी, तुम अगर दसा जी डबल शेप होंगी है, इदा करके डबल शेप होंगी है। सो क्लोरीन वास्ते जो अपना क्लोरीन वास्ते जो पी ऑर्बिटल है वही ये बॉन्डिंग करूंगा। हूँ वेखो जी जो क्लोरीन का पी ऑर्बिटल जी डबल शेप है वो ये वाले फॉस्फोरस के ये वाले ऑर्बिटल के नाल की करूंगा जी बॉन्डिंग करूंगा। सो आप बना लेंगे इदा करके, इदा ही इतने क्लोरीन का कर दूंगा। वेखो सर वो क्लोरीन कहने फाइव है, इस करके फाइव जगह तो ही बॉन्डिंग होगी। और इतने भी सारे इलेक्ट्रॉन अनफिल सॉरी सारे हाफ फिल्ड इलेक्ट्रॉन कहने वन टू थ्री फोर फाइव, क्लोरीन भी कहने फाइव। मीनस क्लोरीन का जो पी ऑर्बिटल है जो डबल शेप वाला वा वो जिन्हें भी साढ़े ऑर्बिटल है फॉस्फोरस के ऑर्बिटल है उन्होंने की करूंगा बॉन्डिंग करूंगा हाइब्रिडाइजेशन करूंगा। सो आप इतने कर लेने जल्दी जल्दी तीन कॉपी के इतना बना लेने। ठीक है जी। और उस तो बाद देखो जी ये साड़ी की होगी जी सारी जगह तो पाई सॉरी सिग्मा बॉन्डिंग होगी या यदि हाइब्रिडाइजेशन होगी। उस तो बाद देखो जी यदा डायग्राम जो एक्चुअल के बन के आता वो इदा आता वो भी आप बना लेंगे। मैं तुम्हें वी एस पी आर थ्री करवा चुका हाँ, पी ता सेंट्रल आइटम है। उस तो बाद देखो जी ये एक तरह करके बना देनी है जिन्होंने आप कह सकते हैं ट्राइंगल शेप बना देनी है। मीनस एक कलरीन इतने आ गया, एक कलरीन इतने आ गया, एक कलरीन इतने आ गया और उस तो बाद एक सेंटर के लाइन बना देनी है। किदा बना देनी है एक कलरीन इतने आ गया और एक कलरीन इतने आ गया। उस तो बाद सारे मिला दो जी इदा करके इनू मिला दो, इनू मिला दो और उस तो बाद इनू भी इदा करके मिला दो, इनू भी इदा मीट करवा दो, इनू भी इदा मीट करा दो और इनू भी इदा करके मीट करवा दो। हुण वेखो जी जिहड़ा इह स्ट्रक्चर निकल गया इनू की बोलते हैं, इनू बोलते हैं ट्राईगोनल बाईपिरामिड। इहदा स्ट्रक्चर दा फिर नाम भी पै गया ट्राईगोनल बाईपिरामिड। इहदा इह वाला स्ट्रक्चर आ गया जां ट्राईगोनल बाईपिरामिड ज्योमेट्री आ गई। हुण वेखो जी इहदे सिग्मा सिग्मा बॉन्डिंग किन्नी हुंदी पई है, इहदे विच सिग्मा बॉन्डिंग जिहड़ी आ उह किन्नी जगह ते हुंदी पई है। वेखो जी चैक कर लो तुसीं, इत्थे चैक कर लो, इत्थे सिग्मा बॉन्ड बणदा पिआ वा, इत्थे सिग्मा बॉन्ड बणदा पिआ, इत्थे बणदा पिआ वा, इतने बनता पाया, इतने बनता पाया। हूँ वेखो जी ये एक डी भी इंट्रोड्यूस होंगी पी है। सो यदि हाइब्रिडाइजेशन की आऊगी तक वैसे समझ लगी होनी है क्योंकि ये देखो एक साडा एस हों एस वास्ते एस आ गई, थ्री साढ़े पी होंगे पे आ पी थ्री आई और एक साडा डी भी इंट्रोड्यूस होंगे पाया वा डी आई कह सकते एस पी थ्री हाइब्रिडाइजेशन। ठीक है जी ये वाली अभी बी एस सी पी आर थ्री कर भी चुके हैं, इस करके यदि हाइब्रिडाइजेशन इदा लिख दी एस पी थ्री डी और अगर पी ब्लॉक भी कितने रखो तो यह चीज आऊगी। हूँ आप सोल्व किया ना हाइब्रिडाइजेशन, फिर आप पीसीआर फाइव की सारी स्टडी करेंगे, कैमिकल फिजिकल प्रॉपर्टी सारा वही करेंगे। उस तो बाद देखो जी अगे आ गया अपना लास्ट वन आई दी अपनी लास्ट वन अपनी एग्जाम्पल है वह मैं थोड़ा जो बढ़ा के करता हाँ तो ये वास्ते मैं ये बढ़ा पेगा और उस तो बाद अगे चलते हैं। लास्ट वन आई दी ताकि एग्जाम्पल है उस तो बाद अपना वाला जो वा टॉपिक खत्म हो जूगा। सो इन आप इन मिटा लेंगे क्योंकि यदि आप नहीं जरूरत पैनी है और इन मिटा लेंगे उस तो बाद सॉल्व करते हैं। देखो जी ये भी जी एग्जाम्पल है ये वाली जी एग्जाम्पल है ये एग्जाम्पल का की है जी बोलते हैं सल्फर हेक्साफ्लोराइड, इन्हों बोलते जी सल्फर क्या तुम नाम पहला ना सुनिया हमें इन बोलते हैं सल्फर हैक्सा फ्लोराइड। आप लिख दें सल्फर हैक्सा फ्लोराइड। ठीक है जी और एस एफ सिक्स बोल दें दे जी और उस तो बाद देखो जी ये सिंपल जी गल है जोड़ा अपना एस है जिन्होंने आप सल्फर कह दें सल्फर साडा सेंट्रल एटम है और जोड़ा फ्लोरीन है और फ्लोरीन साडा अदर एटम है।
ਹੁਣ ਵੇਖੋ ਜੀ ਇੱਥੇ ਜਿਹੜਾ ਸਲਫਰ ਆ ਸਲਫਰ ਦਾ ਐਟੋਮਿਕ ਨੰਬਰ ਹੁੰਦਾ ਹੀ 6 ਹੁਣ ਅੱਗੇ ਇਹਦੀ ਆਪਾਂ ਇਲੈਕਟ੍ਰੋਨਿਕ ਕਨਫਿਗਰੇਸ਼ਨ ਨੋਟ ਕਰ ਲੈਂਦੇ ਇਲੈਕਟ੍ਰੋਨਿਕ ਕਨਫਿਗਰੇਸ਼ਨ ਵੇਖੋ ਜੀ ਆਜੂਗੀ 1s2 ਉਸ ਤੋਂ ਬਾਅਦ 2s2 ਫਿਰ 2p6 ਆ ਗਈ ਉਸ ਤੋਂ ਬਾਅਦ 3s2 ਆ ਗਈ ਉਸ ਤੋਂ ਬਾਅਦ 3p4 ਆ ਗਈ ਚੈੱਕ ਕਰ ਲਓ ਜੀ 16 ਐਟੋਮਿਕ ਨੰਬਰ ਆ 16 ਇਲੈਕਟ੍ਰੋਨ ਦੇ ਰਹੇ ਆ 2 2 4 4 ਤੋਂ 6 10 10 ਤੋਂ 12 12 ਤੋਂ 4 16 ਵੇਖੋ ਜੀ ਹੁਣ ਇਹਦਾ ਆਊਟਰ ਮੋਸਟ ਸ਼ੈਲ ਕਿਹੜਾ ਵਾ ਆਪਾਂ ਇਹਦਾ એનર્ਜੀ ਲੈਵਲ ਹੋ 3s3p ਮੀਨ ਇਹ ਵਾਲਾ ਦਾ ਆਊਟਰ ਮੋਸਟ ਸ਼ੈਲ ਹੈ ਆਊਟਰ ਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ ਜੀ 4 ਟੂ 6 ਔਰ ਇਹਨੂੰ ਆਪਦਾ ਆਪਟੇਟ ਕੰਪਲੀਟ ਕਰਨ ਵਾਸਤੇ ਕਿੰਨੇ ਚਾਹੀਦੇ ਹੋਰ 6 ਟੂ 8 ਮੀਨਸ 2 ਇਲੈਕਟ੍ਰੋਨ ਦੇ ਦੇ ਮੀਨ ਇਹ ਕੋਲ ਵੈਲੈਂਸ ਇਲੈਕਟ੍ਰੋਨ ਕਿੰਨੇ ਹੈ ਸਰ 2 ਕਿਉਂਕਿ 6 ਹੈਗੇ ਆ 2 ਹੋਰ ਚਾਹੀਦੇ ਔਰ ਇਸ ਕਰਕੇ ਵੈਲੈਂਸ ਇਲੈਕਟ੍ਰੋਨ ਦੇ ਇਹਦੇ ਕਿੰਨੇ ਹੈ 2 ਉਸ ਤੋਂ ਬਾਅਦ ਆਪਾਂ ਜੀ ਪਹਿਲਾਂ ਗਰਾਊਂਡ ਸਟੇਟ ਦੀ ਗੱਲ ਕਰ ਲਈਏ ਹੁਣ ਗਰਾਊਂਡ ਸਟੇਟ ਦੇ ਵਿੱਚ ਵੇਖੋ ਜੀ ਆਪਾਂ ਕੀ ਕਰਦੇ ਪਏ ਆ ਇਹਦੇ ਵਿੱਚ ਵੇਖੋ ਸਾਡਾ ਜਿਹੜਾ 3s ਹੈ 3s ਦੇ 2 ਇਲੈਕਟ੍ਰੋਨ ਹੈ ਇਹ ਫਿਲ ਕੀਤੇ ਆ 3p ਦੇ 4 ਹੈ ਹੁਣ 4 ਵਾਸਤੇ ਕੀ ਕਰਾਂਗੇ ਜੀ ਇਹਦੇ ਵਿੱਚ ਜਿਹੜਾ ਇਹ ਸਾਡਾ ਫਸਟ ਆਰਬਿਟਲ ਨੂੰ 3pz ਬੋਲਦੇ ਆ ਇਹ ਸਾਡਾ ਕੀ ਹੋ ਜਾਊਗਾ ਜੀ ਇਹ ਵੀ ਸਾਡਾ ਫੁੱਲੀ ਫਿਲਡ ਹੋ ਜਾਊਗਾ ਕਹਿ ਸਕਦੇ ਆ ਇੱਕ ਕਲੋਕਵਾਈਜ਼ ਹੈ ਇੱਕ ਐਂਟੀ ਕਲੋਕਵਾਈਜ਼ ਹੈ ਇਹ ਤੁਹਾਡਾ 3pz ਵਿੱਚ ਫੁੱਲੀ ਫਿਲਡ ਹੋ ਜਾਊਗਾ ਪਤਾ ਕਿੱਦਾਂ ਲੱਗਾ ਜੀ ਜਿਹੜਾ ਇਹ 3s ਜਿਹੜਾ ਆਊਟਰ ਮੋਸਟ ਸ਼ੈਲ ਹੈ ਉਹਦੇ ਵਿੱਚ ਵੇਖੋ ਜੀ 3s ਦੇ ਵਿੱਚ 2 ਇਲੈਕਟ੍ਰੋਨ ਆ ਇਸ ਕਰਕੇ ਜਿਹੜਾ 3s ਤੁਹਾਡਾ ਫੁੱਲੀ ਫਿਲਡ ਹੈ ਇਦਾਂ ਹੀ ਜਿਹੜਾ 3p4 ਆ ਇਹਦੇ ਵਿੱਚ 3 ਜਿਹੜਾ ਜਿਹੜੇ ਦੋ ਰੂਮ ਆ ਉਹ ਹਾਫ ਫਿਲਡ ਆ ਔਰ ਜਿਹੜਾ ਇੱਕ ਰੂਮ ਆ ਉਹ ਤਾਂ ਫੁੱਲੀ ਫਿਲਡ ਆ ਉਸ ਤੋਂ ਬਾਅਦ ਵੇਖੋ ਜੀ ਆਪਾਂ ਕੀ ਕਰਦੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਜਦੋਂ ਅਸੀਂ ਐਕਸਾਈਟਡ ਸਟੇਟ ਦੇ ਵਿੱਚ ਜਾਂਦੇ ਆ ਅਸੀਂ ਕਰਾਂਗੇ ਇਹਦੇ ਵਿੱਚ ਸਿੰਪਲ ਜੀ ਗੱਲ ਆ ਇਹਦੇ ਵਿੱਚ ਕੀ ਕਰਾਂਗੇ ਜੀ ਜਿਹੜਾ ਇਹ ਵਾਲਾ ਇਲੈਕਟ੍ਰੋਨ ਜਿਹੜਾ ਇਹ ਵਾਲਾ ਇਲੈਕਟ੍ਰੋਨ ਜਿਹੜੇ ਦੋਨੋਂ ਫੁੱਲੀ ਫਿਲਡ ਇਲੈਕਟ੍ਰੋਨ ਹੈ ਇਹਨਾਂ ਨੂੰ ਵੀ ਬਾਹਰੋਂ એનર્ਜੀ ਦੇਵਾਂਗੇ ਜਦੋਂ એનર્ਜੀ ਦੇਵਾਂਗੇ ਇਹਨਾਂ ਦੇ ਵਿੱਚ ਕੋਈ ਜ਼ਿਆਦਾ એનર્ਜੀ ਆਜੂਗੀ ਕਹਿ ਸਕਦੇ એનર્ਜਾਈਜ਼ ਹੋ ਜਾਣਗੇ ਔਰ ਇਹ ਇਲੈਕਟ੍ਰੋਨ ਇਥੋਂ ਬ੍ਰੇਕ ਹੋ ਕੇ ਟੁੱਟ ਕੇ ਅੱਗੇ ਖਾਲੀ ਜਗ੍ਹਾ ਤੇ ਚਲ ਜਾਣਗੇ ਹੁਣ ਵੇਖੋ ਇਹ ਜਿਹੜਾ ਇਲੈਕਟ੍ਰੋਨ ਹੈ ਇਥੋਂ ਬ੍ਰੇਕ ਹੋਇਆ ਔਰ ਟੁੱਟ ਕੇ ਇਹ ਵਾਲੇ ਡੀ ਰੂਮ ਦੇ ਵਿੱਚ ਚਲ ਗਿਆ ਇਹਦੇ ਵਿੱਚ ਵੀ ਇਹ ਡੀ ਇੰਟਰੋਡਿਊਸ ਕਰਾ ਸਕਦੇ ਆ ਜੀ ਵੇਖੋ 3s 3p ਅੱਗੇ 3d ਹੁੰਦਾ ਵਾ ਮੀਨਸ 3s 3p 3d ਦੀ એનર્ਜੀ ਜਿਹੜੀ ਆ ਆਲਮੋਸਟ ਇਕੁਅਲ ਹੁੰਦੀ ਹੈ ਇਸ ਕਰਕੇ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਇਹਦੀ એનર્ਜੀ ਆਲਮੋਸਟ ਇਕੁਅਲ ਹੁੰਦੀ ਹੈ ਸੋ ਇੱਥੇ ਕੀ ਆਇਆ ਜੀ ਜਿਹੜਾ ਵੀ ਇਹਦੇ ਵਿੱਚ ਤੁਹਾਡਾ ਫੁੱਲੀ ਫਿਲਡ ਇਲੈਕਟ੍ਰੋਨ ਹੀ ਜਦੋਂ ਉਹਨੂੰ ਬਾਹਰੋਂ એનર્ਜੀ ਦਿੱਤੀ ਕੋਈ ਐਕਸਟਰਾ એનર્ਜੀ ਦਿੱਤੀ ਇਥੋਂ ਬ੍ਰੇਕ ਹੋ ਕੇ ਕਿੱਥੇ ਚਲਾ ਗਿਆ ਜੀ ਇਸ ਜਗ੍ਹਾ ਤੇ ਚਲਾ ਗਿਆ ਔਰ ਇੱਥੇ 3s ਜਿਹੜੀ ਆ ਤੁਹਾਡੀ ਹਾਫ ਫਿਲਡ ਹੋ ਗਈ ਉਸ ਤੋਂ ਬਾਅਦ ਜਿਹੜਾ 3pz ਇਹਨੂੰ ਵੀ ਸਿਰਫ ਬਾਹਰੋਂ એનર્ਜੀ ਦਿੱਤੀ ਇਹ ਵੀ ਇਥੋਂ ਬ੍ਰੇਕ ਹੋ ਕੇ ਟੁੱਟ ਕੇ ਅੱਗੇ ਡੀ ਦੇ ਵਿੱਚ ਚਲ ਗਿਆ ਵੀ ਇੱਥੇ ਚੱਲਦੇ ਨੇ ਇਹ ਵਾਲੀ ਜਗ੍ਹਾ ਦੇ ਉੱਤੇ ਚਲ ਗਿਆ ਜਿਹੜਾ ਡੀ ਦਾ ਰੂਮ ਹੈ ਉਹਦੇ ਵਿੱਚ ਚਲ ਗਿਆ ਹੁਣ ਵੇਖੋ ਸਾਰੇ ਜਿਹੜੇ ਰੂਮ ਆ ਹਾਫ ਫਿਲਡ ਆ ਹੁਣ 3s ਵਾਲਾ ਵੀ ਇੱਥੇ ਫੁੱਲੀ ਫਿਲਡ ਹੀ ਇੱਥੇ ਹਾਫ ਫਿਲਡ ਹੋ ਗਿਆ ਤਾਂ ਇਲੈਕਟ੍ਰੋਨ ਟੁੱਟ ਕੇ ਇੱਥੇ ਚੱਲ ਗਿਆ ਉਸ ਤੋਂ ਬਾਅਦ ਜਿਹੜਾ 3pz ਹੈ ਇਹ ਵੀ ਤੁਹਾਡਾ ਇੱਥੇ ਫੁੱਲੀ ਫਿਲਡ ਹੀ ਜਦੋਂ ਇਹਨੂੰ ਅਸੀਂ એનર્ਜੀ ਦਿੱਤੀ ਇਹ ਵੀ ਇਥੋਂ ਬ੍ਰੇਕ ਹੋ ਕੇ ਟੁੱਟ ਕੇ 3d ਦੇ ਸੈਕੰਡ ਰੂਮ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਇਹ ਤੁਹਾਡੇ ਆਲਰੇਡੀ ਸਿੰਗਲ ਸਿੰਗਲ ਹੀ ਕਹਿ ਸਕਦੇ ਹਾਫ ਫਿਲਡ ਹੀ ਇਹ ਆਲਰੇਡੀ ਹਾਫ ਫਿਲਡ ਆ ਹੁਣ ਐਕਸਾਈਟਡ ਸਟੇਟ ਦੇ ਵਿੱਚ ਵੇਖੋ 3s ਵੀ ਹਾਫ ਫਿਲਡ ਆ ਉਸ ਤੋਂ ਬਾਅਦ ਜਿਹੜੇ ਤੁਹਾਡੇ 3p ਸਬਸੈਲ ਦੇ ਵਿੱਚ ਜਿੰਨੇ ਆਰਬਿਟਲ ਉਹ ਵੀ ਸਾਰੇ ਹਾਫ ਫਿਲਡ ਆ 3d ਦੇ ਵਿੱਚ ਵੀ ਜਿੰਨੇ ਆਰਬਿਟਲ ਆ ਉਹ ਵੀ ਸਾਰੇ ਹਾਫ ਫਿਲਡ ਆ ਉਸ ਤੋਂ ਬਾਅਦ ਵੇਖੋ ਜੀ ਅੱਗੇ ਆਪਾਂ ਇਹਦੀ ਜਿਓਮੈਟਰੀ ਬਣਾ ਲੈਂਦੇ ਆ ਜਿਓਮੈਟਰੀ ਬਣਾਉਣ ਵਾਸਤੇ ਕਰਾਂਗੇ ਜਿਹੜਾ ਸਾਡਾ s ਹੈ ਉਹ ਸਾਡਾ ਸੈਂਟਰ ਐਟਮ ਹੈ ਸੋ ਸੈਂਟਰ ਐਟਮ ਨੂੰ ਅਸੀਂ ਸੈਂਟਰ ਦੀ ਨੋਟ ਕਰਾਂਗੇ ਔਰ ਉਸ ਤੋਂ ਬਾਅਦ ਇਹਦੇ ਵਾਸਤੇ ਪਹਿਲਾਂ ਅਸੀਂ ਜਿਓਮੈਟਰੀ ਬਣਾਵਾਂਗੇ ਸਫੀਅਰ ਪਲੈਨਰ ਮੇਨ ਜਿੱਦਾਂ ਬਣਾ ਲਓ s ਸੈਂਟਰ ਐਟਮ ਹੈ ਔਰ ਇਦਾਂ ਕਰਕੇ ਤੁਸੀਂ ਡਰਾ ਕਰ ਲੈਣੀ ਹੈ ਡਾਇਗ੍ਰਾਮ ਇੱਥੇ ਵੀ f ਆ ਜਾਊਗਾ ਇੱਥੇ ਵੀ ਫਲੋਰੀਨ ਜਿਹੜਾ ਤੁਹਾਡਾ ਉਹਦਾ ਕਹਿ ਸਕਦੇ ਆ ਜਿਹੜਾ ਫਲੋਰੀਨ ਹੈ ਫਲੋਰੀਨ ਵੀ ਤੁਹਾਡਾ ਹੈਲੋਜਨ ਹੈ ਜੀ ਹੈਲੋਜਨ ਦੇ ਵਿੱਚ ਆਉਂਦਾ ਵਾ ਕਹਿ ਸਕਦੇ ਗਰੁੱਪ 17 ਚ ਆਉਂਦਾ ਵਾ ਔਰ ਜਿਹੜਾ ਫਲੋਰੀਨ ਹੈ ਉਹਦਾ ਵੀ p ਆਰਬਿਟਲ ਜਿਹੜੀ ਡਬਲ ਸ਼ੇਪ ਹੁੰਦੀ ਆ ਉਹੀ ਕੀ ਕਰੂਗਾ ਜੀ ਬੌਂਡਿੰਗ ਕਰੂਗਾ ਹਾਈਬ੍ਰਿਡਾਈਜੇਸ਼ਨ ਕਰੂਗਾ ਕਿਹਦੇ ਨਾਲ ਕਰੂਗਾ ਸਲਫਰ ਦੇ ਆਰਬਿਟਲ ਦੇ ਨਾਲ ਹੁਣ ਇੱਥੇ ਵੀ ਫਲੋਰੀਨ ਨੇ ਹਾਈਬ੍ਰਿਡਾਈਜੇਸ਼ਨ ਕਰ ਲਈ ਇੱਥੇ ਵੀ ਕਰ ਲਈ ਇਸ ਜਗ੍ਹਾ ਤੇ ਵੀ ਕਰ ਲਈ ਔਰ ਇਸ ਜਗ੍ਹਾ ਤੇ ਵੀ ਕਰ ਲਈ ਉਸ ਤੋਂ ਬਾਅਦ ਵੇਖੋ ਜੀ ਇਹਨਾਂ ਨੂੰ ਮਿਲਾ ਦਿੰਦਾ ਆਪਾਂ ਇਦਾਂ ਕਰਕੇ ਡਾਟਰ ਲਾਈਨ ਲਗਾ ਕੇ ਸਾਰਿਆਂ ਨੂੰ ਮਿਲਾ ਦੂ ਔਰ ਜਦੋਂ ਆਪਾਂ ਇਹਨਾਂ ਨੂੰ ਮਿਲਾਵਾਂਗੇ ਇਦਾਂ ਕਰਕੇ ਮਿਲਾ ਦੋ ਜੀ ਸਾਰੇ ਜਣੇ ਔਰ ਇਹਨਾਂ ਨੂੰ ਮਿਲਾ ਦਿੱਤਾ ਉਸ ਤੋਂ ਬਾਅਦ ਵੇਖੋ ਜੀ ਚਾਰ ਜਗ੍ਹਾ ਤੇ ਸਾਡੇ ਫਲੋਰੀਨ ਆ ਗਏ ਹੁਣ ਸਾਡੇ ਕੋਲ ਇੱਥੇ ਕਿੰਨੀ ਜਗ੍ਹਾ ਤੇ ਵੇਖੋ ਹੋਣੀ ਹੈ ਹਾਈਬ੍ਰਿਡਾਈਜੇਸ਼ਨ ਕਿੰਨੀ ਜਗ੍ਹਾ ਤੇ ਹੋਣੀ ਹੈ 1 2 3 4 5 6 6 ਜਗ੍ਹਾ ਤੇ ਹੋਣੀ ਹੈ ਲੇਕਿਨ ਅਸੀਂ ਕਿੰਨੇ ਦੇ ਕੀਤੀ ਆ 4 ਦੇ ਸੋ ਇੱਥੇ ਜਿਹੜੇ ਸਾਡੇ 2 ਆਰਬਿਟਲ ਬਾਈਦੇ ਪਏ ਉੱਥੇ ਵੀ ਅਸੀਂ ਕੀ ਕਰਾਂਗੇ ਫਲੋਰੀਨ ਨੂੰ ਉਹਦੇ ਨਾਲ ਬੌਂਡ ਕਰਾ ਦਾਂਗੇ ਉਹ ਫਲੋਰੀਨ ਵੀ ਸਾਡੇ ਕੋਲ 6 ਆ ਔਰ ਇਹ ਸਾਡੇ ਕੋਲ ਵੀ 6 ਆ ਮੀਨ ਫਲੋਰੀਨ ਦੇ ਵੀ 6 ਸਾਡੇ ਕੋਲ ਮੋਲੀਕਿਊਲ ਆ ਔਰ ਜਿਹੜਾ ਸਲਫਰ ਆ ਉਹਦੇ ਵੇਖੋ ਕਿੰਨੇ ਸਾਡੇ ਕੋਲ ਹਾਫ ਫਿਲਡ ਆ ਜੀ ਕਿੰਨੇ ਹਾਫ ਫਿਲਡ ਆਰਬਿਟਲ ਆ 1 2 3 4
5 6 ਇਹ ਸਾਡੇ ਫਲਰੀਨ ਦੇ ਹਾਫਲ ਆਰਬਿਟਲ ਆ ਔਰ ਸਾਡੇ ਸਲਫਰ ਦੇ ਹਲ ਸਾਡੇ ਫਲਰੀਨ ਦੇ ਸੋਰੀ ਸਾਡੇ ਕੋਲ ਜਿਹੜਾ ਸਲਫਰ ਆ ਸਲਫਰ ਦੇ ਹਾਫਲ ਆਰਬਿਟਲ ਕਿੰਨੇ ਆ ਜੀ 1 2 3 4 5 6 ਇਹਦਾ ਫਲਰੀਨ ਵੇਖ ਲਓ ਫਲਰੀਨ ਦੇ ਮੋਲੀਕਿਊਲ ਕਿੰਨੇ ਆ ਸਾਡੇ ਕੋਲ 6 ਮੀਨ ਜਿਹੜੇ ਫਲਰੀਨ ਦੇ 6 ਮੋਲੀਕਿਊਲ ਆ ਜਿਹੜੇ ਐਸ ਦੇ ਹਾਫਲ ਆਰਬਿਟਲ ਆ ਉਹਨਾਂ ਦੇ ਨਾਲ ਕੀ ਕਰਨਗੇ ਬੌਂਡਿੰਗ ਕਰਨਗੇ ਸੋ ਚਾਰ ਨੇ ਤੇ ਫਲਰੀਨ ਚਾਰ ਜਗ੍ਹਾ ਤੇ ਬੌਂਡਿੰਗ ਹੋ ਗਈ ਲੇਕਿਨ ਦੋ ਫਲਰੀਨ ਵੀ ਵੱਜਦੇ ਪਏ ਆ ਔਰ ਦੋ ਸਾਡੇ ਸਲਫਰ ਦੇ ਵੀ ਹਾਫਲਡ ਆਰਬਿਟਲ ਵੱਜਦੇ ਪਏ ਆ ਸੋ ਆਪਾਂ ਕੀ ਕਰਾਂਗੇ ਦੋਨਾਂ ਨੂੰ ਬੋਰਡਰ ਕਰਾਵਾਂਗੇ ਇੱਕ ਆਪਾਂ ਇੱਥੇ ਲਾਈਨ ਲਗਾਤੀ ਇੱਕ ਆਪਾਂ ਇੱਥੇ ਲਾਤੀ ਸੋ ਇੱਥੇ ਵੀ ਸਾਡਾ ਇੱਕ ਐਫ ਜਿਹੜਾ ਵਾ ਬੌਂਡ ਹੋ ਗਿਆ ਇੱਥੇ ਵੀ ਸਾਡਾ ਇੱਕ ਐਫ ਬੌਂਡ ਹੋ ਗਿਆ ਹੁਣ ਵੇਖੋ ਜੀ ਇੱਕ ਦੇ ਵਿੱਚ ਹੋਰ ਚੀਜ਼ ਹੈ ਜਿਹੜੇ ਇਹ ਵਾਲਾ ਵਾ ਜੇ ਇਹ ਵਾਲਾ ਫਲਰੀਨ ਹੋ ਜਿਹੜਾ ਇਹ ਵਾਲਾ ਫਲਰੀਨ ਹੈ ਦੋਨਾਂ ਦੀ ਬੌਂਡ ਲੈਂਥ ਜ਼ਿਆਦਾ ਹੁੰਦੀ ਹੈ ਇਹਨਾਂ ਦੀ ਬੌਂਡ ਲੈਂਥ ਮੈਕਸੀਮਮ ਹੁੰਦੀ ਹੈ ਔਰ ਇਹ ਤੁਹਾਨੂੰ ਮੈਂ ਕਿਹ ਕੇ ਦੱਸ ਚੁੱਕਾ ਵਾਂ ਵੀਐਸ ਈਪੀਆਰ ਥਿਊਰੀ ਦੇ ਵਿੱਚ ਔਰ ਇਹ ਤੁਸੀਂ ਚੈੱਕ ਕਰ ਲੈਣਾ ਕਿ ਕਿਵੇਂ ਲੋਨ ਪੇਅਰ ਬੌਂਡ ਪੇਅਰ ਜਾਂ ਲੋਨ ਪੇਅਰ ਬੌਂਡ ਪੇਅਰ ਉਹ ਜਿਹੜੀ ਤੁਹਾਨੂੰ ਚੀਜ਼ ਦੱਸੀ ਕਿ ਉਹਦੇ ਵਿੱਚ ਕਿਤਨਾ ਰਿਪਲਸ਼ਨ ਹੁੰਦੀ ਹੈ ਉਹ ਤੁਸੀਂ ਅਟਰੈਕਟ ਕਰਾ ਕੇ ਯਾਰ ਪਹਿਲ ਕਰਾ ਕੇ ਵੇਖ ਲੈਣਾ ਇਹ ਮੈਂ ਤੁਹਾਨੂੰ ਨਹੀਂ ਸਮਝਾਉਂਗਾ ਵੀਐਸਪੀਆਰ ਥਿਊਰੀ ਦੇ ਵਿੱਚ ਮੈਂ ਚੀਜ਼ ਦੱਸ ਚੁੱਕਾ ਵਾਂ ਤੁਸੀਂ ਇੰਨਾ ਚੇਤੇ ਰੱਖਣਾ ਜਿਹੜੇ ਸੈਂਟਰ ਵਾਲੇ ਦੋਨੋਂ ਫਲਰੀਨ ਹੈ ਨਾ ਜਿਹੜੀ ਇਹ ਜਿਹੜਾ ਇਹ ਵਾਲਾ ਬੌਂਡ ਹੈ ਜਿਹੜਾ ਇਹ ਵਾਲਾ ਬੌਂਡ ਹੈ ਦੋਨਾਂ ਦੀ ਬੌਂਡ ਲੈਂਥ ਮੈਕਸੀਮਮ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਨੂੰ ਮਿਲਾ ਦਾਂਗੇ ਇਦਾਂ ਕਰਕੇ ਮਿਲਾ ਦਾਂਗੇ ਔਰ ਦੇਖੋ ਜਦੋਂ ਇਦਾਂ ਕਰਕੇ ਮਿਲਾਤਾ ਇਹ ਜਮੈਟਰੀ ਕਿਹੜੀ ਆ ਗਈ ਲੇਕਰ ਕੇ ਜਿਹੜੀ ਪੇਪਰ ਦੇ ਲਿਖ ਕੇ ਆਉਣੀ ਹੈ ਦੈਟ ਇਜ਼ ਆਕਟਾ ਹੈਡਰਲ ਜਮੈਟਰੀ ਇਹਨੂੰ ਬੋਲਦੇ ਆ ਆਕਟਾ ਹੈਡਰਲ ਜਮੈਟਰੀ ਠੀਕ ਹੈ ਜੀ ਇਹ ਤੁਸੀਂ ਪੇਪਰ ਦੇ ਲਿਖ ਕੇ ਆਉਣੀ ਹੈ ਹੁਣ ਇਹਦੀ ਹਾਈਬ੍ਰਿਡਾਈਜੇਸ਼ਨ ਦੀ ਗੱਲ ਕਰ ਲਓ ਜੀ ਦੇਖੋ ਕਿੰਨੇ ਸਿਗਮਾ ਬੌਂਡ ਬਣਦੇ ਪਏ ਇੱਕ ਸਿਗਮਾ ਬੌਂਡ ਇੱਥੇ ਬਣਦਾ ਪਿਆ ਵਾ ਇੱਕ ਸਿਗਮਾ ਬੌਂਡ ਇੱਥੇ ਬਣਦਾ ਪਿਆ ਵਾ ਇੱਥੇ ਬਣਦਾ ਪਿਆ ਵਾ ਇੱਥੇ ਬਣਦਾ ਪਿਆ ਵਾ ਇੱਥੇ ਇੱਥੇ ਬਣਦਾ ਪਿਆ ਵਾ ਮੀਨਸ ਤਾਂ ਕਿੰਨੇ ਸਿਗਮਾ ਬੌਂਡ ਬਣਦੇ ਪਏ 1 2 3 4 5 6 ਤੁਹਾਡੇ ਕੋਲ ਕਿੰਨੇ ਸਿਗਮਾ ਬੌਂਡ ਬਣਦੇ ਪਏ ਆ ਜੀ 6 ਇੱਥੇ ਚੈੱਕ ਕਰ ਲਓ ਕਿੰਨੀ ਜਗ੍ਹਾ ਤੋਂ ਐਸ ਦੇ ਹਾਫ ਫਿਲਡ ਆਰਬਿਟ ਜਿਹੜੇ ਆ ਬੌਂਡਿੰਗ ਕਰਦੇ ਪਏ ਜਾਂ ਹਾਈਬ੍ਰਿਡਾਈਜੇਸ਼ਨ ਕਰਦੇ ਪਏ ਆ 1 2 3 4 5 6 6 ਹੀ ਇੱਧਰ ਆ 6 ਹੀ ਇੱਧਰ ਆ ਮੀਨਸ ਤੁਹਾਡੇ ਕੋਲ ਕਿੰਨੇ ਸਿਗਮਾ ਬੌਂਡ ਹੁੰਦੇ ਪਏ ਆ 6 ਸਿਗਮਾ ਬੌਂਡ ਸੋ ਇਹਦੇ ਵਾਸਤੇ ਹਾਈਬ੍ਰਿਡਾਈਜੇਸ਼ਨ ਕੀ ਹੋਊਗੀ sp3d2 ਇਸ ਇਹਦੇ ਵਾਸਤੇ ਤੁਹਾਡੀ ਹਾਈਬ੍ਰਿਡਾਈਜੇਸ਼ਨ ਜਿਹੜੀ ਆ ਗਈ ਜੀ sp3d2 ਔਰ ਇਹ ਦੇਖੋ ਤੁਸੀਂ ਅੱਗੇ ਜਾ ਕੇ ਇਹ ਨੂੰ ਨਾ ਇਹ ਵਾਲੇ sf6 ਨੂੰ ਪੀ ਬਲਾਕ ਚ ਬੰਨਣਾ ਹੈ ਇਹ ਚੀਜ਼ ਤੁਹਾਨੂੰ ਫੇਰ ਪਤਾ ਲੱਗੂਗੀ ਔਰ ਜਿਹੜਾ ਸਾਡਾ ਕੋਆਰਡੀਨੇਸ਼ਨ ਕੰਪਾਊਂਡ ਚੈਪਟਰ ਹੋਊਗਾ ਪਲੱਸ 2 ਵਿੱਚ ਉਹਦੇ ਵਿੱਚ ਵੀ ਇਹ ਸਾਰਾ ਤੁਸੀਂ ਦੁਬਾਰਾ ਪੜ੍ਹਨੀ ਹੈ ਔਰ ਇਹਦੇ ਨਾਲ ਤੁਹਾਡੀਆਂ ਇਹ ਵਾਲੀਆਂ ਐਗਜ਼ਾਮਪਲ ਜਿਹੜੀਆਂ ਖਤਮ ਹੋ ਗਈਆਂ ਔਰ ਇਹਨੂੰ ਧਿਆਨ ਨਾਲ ਤੁਸੀਂ ਕਰ ਲੈਣਾ ਵਾ ਆਪਦੀ ਕਾਪੀ ਦੇ ਉੱਤੇ ਥੈਂਕ ਯੂ